ਮੱਖਣਾ ਦੀ ਅੱਛਾ ਕਿ ਅੱਜ ਮੋੜਾਰੀ ਨੇ ਆਣਾ ਹੋ ਬਾਬਾ ਜੀ ਦਾ ਭਜਨ ਜਿਹਨਾਂ ਨੂੰ ਚੰਗਾ ਲੱਗ ਰਿਹਾ ਉਹ ਆਪਣੇ ਆਪ ਹੀ ਮਸਤ ਹੋ ਜਾਂਦੇ ਨੇ ਕਹਿੰਦੇ ਨੇ ਜਿਹਨਾਂ ਦੇ ਹੱਥ ਰਹਿੰਦੇ ਨੇ ਥੱਲੇ ਉਹਨਾਂ ਤੇ ਕੁਝ ਨਹੀਂ ਪੈਂਦਾ ਪੱਲੇ ਜਿਹਨਾਂ ਦੇ ਹੱਥ ਰਹਿੰਦੇ ਨੇ ਵਿਚਕਾਰ ਉਹਨੂੰ ਨਾ ਮੋਟਰ ਮਿਲੇ ਨਾ ਕਾਰ ਤੇ ਜਿਹਨਾਂ ਦੇ ਹੱਥ ਰਹਿੰਦੇ ਨੇ ਉੱਤੇ ਉਹਨਾਂ ਦੇ ਭਾਗ ਜਾਗਦੇ ਨੇ ਸੁੱਤੇ ਹੋਰ ਹੱਥ ਪਕੜ ਕੇ ਕੀ
ਜਾਵਾਂ ਜੋਗੀ ਤੇ ਜਾਵਾਂ ਜਾਵਾਂ ਜਾਵਾਂ। ਸੋ ਬਾਬਾ ਜੀ ਦੇ ਦਰਬਾਰ ਤੇ ਕਿਹੜੇ ਕਿਹੜੇ ਭਗਤ ਜਾਣਾ ਚਾਹੁੰਦੇ ਨੇ? ਇੱਕ ਵਾਰ ਦੋਵੇਂ ਹੱਥ ਉੱਪਰ ਕਰੋ, ਜਿਹਦੇ ਹੱਥ ਸਭ ਤੋਂ ਉੱਪਰ ਹੋਣਗੇ ਉਹ ਜਲਦੀ ਉੱਪਰ ਜਾਏਗਾ। ਚਿੰਤਾ ਨਾ ਕਰੋ, ਪੈਸੇ ਦੇ ਉੱਪਰ ਵਿੱਚ ਉੱਪਰ ਜਾਏਗਾ, ਉਹਦਾ ਕਾਰੋਬਾਰ ਅੱਛਾ ਹੋਏਗਾ। ਬੋਲੇ ਸੱਚੇ ਦਰਬਾਰ ਕੀ। ਗਿਆ ਭਾਈ ਰੱਬ ਨੂੰ ਜਗਲ ਵਿੱਚ ਢੋਲੇ, ਗਿਆ ਭਾਈ ਰੱਬ ਨੂੰ ਜਗਲ ਵਿੱਚ
ਮਹੀਨਾ ਆ ਗਿਆ ਬਾਬੇ ਦੇ ਦਰ ਤੇ ਮੇਲਾ ਲੱਗਿਆ ਚੇਤ ਦਾ ਮਹੀਨਾ ਆ ਗਿਆ ਬਾਬੇ ਦੇ ਦਰ ਤੇ ਮੇਲਾ ਲੱਗਿਆ ਤਲਾਈਆਂ ਜਾਂਦੇ ਤੇ ਉੱਚੀ ਜਗਾਰੇ ਲਾਉਂਦੇ ਸੰਗ ਸਾਹ ਤਲਾਈਆਂ ਜਾਂਦੇ ਤੇ ਉੱਚੀ ਜਗਾਰੇ ਲਾਉਂਦੇ ਜੈਕਾਰੇ ਸੰਗ ਸਾਹ ਤਲਾਈਆਂ ਜਾਂਦੇ ਤੇ ਉੱਚੀ ਜਗਾਰੇ ਲਾਉਂਦੇ ਤਲਾਈਆਂ ਜਾਂਦੇ ਤੇ ਉੱਚੀ ਜਗਾਰੇ ਲਾਉਂਦੇ ਜਦ ਗਗਾ ਢੋਲ ਤੇ ਵੱਜਦਾ ਤੇ ਰਲ ਮਿਲ ਭੰਗੜੇ ਪਾਉਂਦੇ ਬਾਬਾ ਜੀ ਨੇ ਭਗਤਾਂ ਦੀ ਗੱਲ ਮੰਨ ਲਈ ਉਹ ਮੰਨ ਲਈ ਗੱਲ ਮੰਨ ਲਈ ਮੰਨ ਲਈ ਬਾਬਾ ਜੀ ਨੇ ਭਗਤਾਂ ਦੀ ਗੱਲ ਮੰਨ ਲਈ ਉਹ ਮੰਨ ਲਈ ਗੱਲ ਮੰਨ ਲਈ ਮੰਨ ਲਈ ਬਾਬਾ ਜੀ ਨੇ ਭਗਤਾਂ ਦੀ ਗੱਲ ਮੰਨ ਲਈ ਉਹ ਮੰਨ ਲਈ ਗੱਲ ਮੰਨ ਲਈ ਮੰਨ ਲਈ ਬਾਬਾ ਜੀ ਨੇ ਭਗਤਾਂ ਦੀ ਗੱਲ ਮੰਨ ਲਈ ਗੱਲ ਮੰਨ ਲਈ ਮੰਨ ਲਈ ਬਾਬਾ ਜੀ ਨੇ ਭਗਤਾਂ ਦੀ ਗੱਲ ਮੰਨ ਲਈ ਉਹ ਮੰਨ ਲਈ ਗੱਲ ਮੰਨ ਲਈ ਮੰਨ ਲਈ ਬਾਬਾ ਜੀ ਨੇ ਭਗਤਾਂ ਦੀ ਗੱਲ ਮੰਨ ਲਈ ਉਹ ਮੰਨ ਲਈ ਗੱਲ ਮੰਨ ਲਈ ਮੰਨ ਲਈ
ਦਾ ਕਮੰਡਲ ਬਣਾਇਆ ਬਾਬੇ ਨੇ, ਇਸ ਦਾ ਕਮੰਡਲ ਬਣਾਇਆ, ਇਸ ਦਾ ਕਮੰਡਲ ਬਣਾਇਆ ਬਾਬੇ ਨੇ, ਇਸ ਦਾ ਕਮੰਡਲ ਬਣਾਇਆ, ਇਸ ਦਾ ਕਮੰਡਲ ਬਣਾਇਆ ਬਾਬੇ ਨੇ, ਇਸ ਦਾ ਕਮੰਡਲ ਬਣਾਇਆ, ਇਸ ਚਾਂਦੀ ਦਾ ਕੀ ਕੁਝ ਬਣਦਾ, ਚਾਂਦੀ ਦਾ ਕੀ ਕੁਝ ਬਣਦਾ, ਚਾਂਦੀ ਦਾ ਬਾਬਾ ਜੀ ਨੇ ਕੀ ਬਣਾਇਆ ਸੀ, ਇੱਕ ਵਾਰ ਜੈਕਾਰਾ ਲਾਓ ਬਾਬਾ ਜੀ ਲਈ, ਬੋਲੇ ਸੱਚੇ ਦਰਬਾਰ ਕੀ ਜੈ, ਇਸ ਚਾਂਦੀ ਦਾ ਕੀ ਕੁਝ ਬਣਦਾ, ਚਾਂਦੀ ਦਾ ਕੀ ਕੁਝ ਬਣਦਾ, ਚਾਂਦੀ ਦੀ ਸਿੰਗੀ ਬਣਾਈ ਬਾਬੇ ਨੇ, ਚਾਂਦੀ ਦੀ ਸਿੰਗੀ ਬਣਾਈ, ਚਾਂਦੀ ਦੀ ਸਿੰਗੀ ਬਣਾਈ ਬਾਬੇ ਨੇ, ਚਾਂਦੀ ਦੀ ਸਿੰਗੀ ਬਣਾਈ, ਲਾਈ 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 ਬਾਬੇ ਨੇ, ਫੁੱਲਾਂ ਦੀ ਵਰਖਾ ਲਾਈ, ਲੋਹੇ ਦਾ ਚਿਮਟਾ, ਸਮੇਂ ਘੱਟ ਹੈ ਬਾਬਾ ਜੀ, ਮਾਫ਼ ਕਰਿਓ, ਸਮਾਂ ਇੱਕ ਵਾਰ ਫਿਰ ਤੋਂ ਸਾਰਿਆਂ ਦਾ, ਲਾਹੌਰੀ ਰਾਮ ਜੀ ਦਾ, ਹੋਰ ਵੀ ਜਿਹਨੇ ਵੀ ਕਮੇਟੀ ਦੇ ਮੈਂਬਰ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ, ਇੱਕ ਵਾਰ ਬਾਬਾ ਜੀ ਲਈ ਜ਼ੋਰਦਾਰ ਤਾੜੀਆਂ, ਅਗਰ ਤੁਸੀਂ